ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਸੰਗ ਜੀ 27 ਤਰੀਕ ਆ ਰਹੀ, ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਹਰ ਮਹੀਨੇ ਦੀ 27 ਤਰੀਕ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ, ਆਗਮਨ ਦਿਹਾੜੇ ਨੂੰ ਸਮਰਪਿਤ ਕਰਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਇਸ ਵਾਰ ਦਾ ਵੀ ਚੁਪਹਿਰਾ ਜਪ ਤਪ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਹੋਏਗਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਮੈਨੂੰ ਪਤਾ ਹੈ ਅੰਮ੍ਰਿਤ ਵੇਲੇ ਦੇ ਸਮਾਗਮ ਚੱਲ ਰਹੇ ਨੇ, ਪਰ ਪਿਆਰਿਓ ਕਿਸੇ ਨੇ ਵੀ ਚੁਪਹਿਰੇ ਦੇ ਵਿੱਚ ਆਪਣਾ ਨੇਮ ਭੁਗਤਾਉਣ ਦੇ ਵਿੱਚ ਗੈਰ ਹਾਜ਼ਰੀ ਨਹੀਂ ਕਰਨੀ। ਅੰਮ੍ਰਿਤ ਵੇਲੇ ਉੱਠ ਲਿਆ, ਇਹ ਨੇਮ ਤੋੜ ਦਿੱਤਾ, ਫਿਰ ਗੱਲ ਨਹੀਂ ਜੇ ਬਣਨੀ। ਇਹ ਨੇਮ ਵੀ ਰੂਟੀਨ ਨਾਲ ਸਭ ਨੇ ਭੁਗਤਾਉਣਾ, ਔਰ ਸਭ ਨੂੰ ਪਤਾ ਬਾਬਾ ਦੀਪ ਸਿੰਘ ਜੀ ਚੁਪਹਿਰੇ 'ਤੇ ਕਿਵੇਂ ਬਹਿੰਦੇ ਨੇ, ਇੱਕ ਇੱਕ ਦੀਆਂ ਝੋਲੀਆਂ ਭਰਨ ਵਾਸਤੇ, ਇੱਕ ਇੱਕ ਨੂੰ ਦਾਤਾਂ ਨਹੀਂ ਦਿੰਦੇ, ਦਾਤਾਂ ਵੰਡਣ ਵਾਲਾ ਬਣਾਉਂਦੇ ਨੇ। ਮੈਂ ਹਜ਼ਾਰਾਂ ਪ੍ਰੇਮੀ ਤੁਹਾਨੂੰ ਵਿਖਾ ਸਕਦਾ ਜਿਹੜੇ ਤੁਹਾਨੂੰ ਕਹਿਣਗੇ ਅਸੀਂ ਚੁਪਹਿਰਿਆਂ ਦੇ ਵਿੱਚ ਜਦੋਂ ਜਾਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਸਾਨੂੰ ਆਹ ਦਾਤ ਦੇ ਦਿੱਤੀ, ਆਹ ਦਾਤ ਦੇ ਦਿੱਤੀ। ਅਤੇ ਮੇਰੀ ਬੇਨਤੀ ਹੈ 27 ਤਰੀਕ ਨੂੰ ਪਰਿਵਾਰਾਂ ਸਮੇਤ ਵਹੀਰਾਂ ਕੱਤ ਕੇ ਸਾਰੀਆਂ ਸੰਗਤਾਂ ਨੇ ਤਕਰੀਬਨ 9 ਵਜੇ ਤੱਕ ਪਹੁੰਚ ਜਿਓ, ਪ੍ਰਸ਼ਾਦਾ ਪਾਣੀ ਛੱਕ ਕੇ, ਚੌਂਕੜੇ ਮਾਰ ਕੇ, ਫਿਰ ਪੂਰੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਓ। ਔਰ ਸਵੇਰੇ 8 ਵਜੇ, 27 ਤਰੀਕ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਤਰਨ ਤਾਰਨ ਸਾਹਿਬ ਵੱਲੋਂ ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਦੇ ਲਈ ਜੋ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ 8 ਵਜੇ ਸਵੇਰੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਬੱਸਾਂ ਸੰਗਤ ਨੂੰ ਲੈ ਵੀ ਆਉਣਗੀਆਂ ਰਾਮ ਤੀਰਥ ਰੋਡ 'ਤੇ, ਵਾਪਸੀ ਸਮਾਪਤੀ ਤੋਂ ਬਾਅਦ ਉੱਥੇ ਛੱਡ ਵੀ ਦੇਣਗੀਆਂ। ਆਓ, ਬਾਬਾ ਦੀਪ ਸਿੰਘ ਜੀ ਦੇ ਕੋਲੋਂ ਖੁਸ਼ੀਆਂ ਲੈਣ ਦਾ ਸਮਾਂ, ਬਾਪੂ ਦੀਪ ਸਿੰਘ ਦਾ ਜਨਮ ਦਿਹਾੜਾ ਰਲ ਮਿਲ ਕੇ ਮਨਾਈਏ, ਬਾਪੂ ਦੀਆਂ ਖੁਸ਼ੀਆਂ ਲਈਏ। ਇਹ ਸਾਰਾ ਸਮਾਗਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਆਏ ਗੁਰੂ ਬਾਬਾ ਦੀਪ ਸਿੰਘ ਜੀ ਦੇ ਬੇਅੰਤ ਸੰਗਤ ਰੂਪੀ ਪਰਿਵਾਰਕ ਮੈਂਬਰ, ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਿਖੇ ਪਹੁੰਚੇ ਬੇਅੰਤ ਪ੍ਰੇਮੀ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ 'ਚ, ਪਿੰਡਾਂ 'ਚ, ਨਗਰਾਂ 'ਚ ਜੁੜੇ ਨੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਨਮਸਕਾਰ ਕਰਦਾ, ਮੱਥਾ ਟੇਕਦਾ। ਮੇਰਾ ਟੇਕਿਆ ਹੋਇਆ ਮੱਥਾ ਸਾਰੇ ਪ੍ਰਵਾਨ ਕਰਿਓ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਯੂਟਿਊਬ ਦਾ ਜਿਹੜਾ ਲਿੰਕ ਸਾਡੇ ਚੈਨਲ ਦਾ ਤੁਹਾਡੇ ਤੱਕ ਪਹੁੰਚ ਚੁੱਕਿਆ,
ਇਹ ਵੱਧ ਤੋਂ ਵੱਧ ਹਰ ਗਰੁੱਪ ਦੇ ਵਿੱਚ ਸ਼ੇਅਰ ਕਰੋ ਔਰ ਇੱਕ ਹਲੂਣਾ ਦੇ ਦਿਓ ਫੋਨ ਕਰਕੇ ਸਭ ਨੂੰ ਵੀ ਉੱਠੋ ਅੰਮ੍ਰਿਤ ਵੇਲਾ ਸੰਭਾਲੋ ਇਹ ਜੁੜਨ ਦਾ ਸਮਾਂ ਹੈ ਨੀਂਦ ਦਾ ਸਮਾਂ ਨਹੀਂ ਇਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕੋਲੋਂ ਦਰਗਾਹੀ ਦਾਤਾਂ ਲੈਣ ਦਾ ਸਮਾਂ ਹੈ ਮੇਰੀ ਬੇਨਤੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ ਔਰ ਯੂਟਿਊਬ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ ਤਾਂ ਜੋ ਫਿਰ ਰੋਜ਼ਾਨਾ ਦੇ ਇਹ ਕੀਰਤਨਾਂ ਦੇ ਲਿੰਕ ਤੁਹਾਡੇ ਤੱਕ ਪਹੁੰਚ ਸਕਣ ਆਓ ਸਾਰੀ ਸੰਗਤ ਬੜੇ ਪਿਆਰ ਨਾਲ ਜਿੱਥੇ ਜਿੱਥੇ ਜੁੜੇ ਚੌਂਕੜੇ ਮਾਰੋ ਗੁਰੂ ਰਾਮਦਾਸ ਪਾਤਸ਼ਾਹ ਸਾਈਂ ਦੇ ਚਰਨਾਂ ਦਾ ਧਰੋ ਧਿਆਨ ਜੁੜੋ ਵਾਹਿਗੁਰੂ ਗੁਰੂ ਮੰਤਰ ਦੇ ਜਾਪ ਦੇ ਵਿੱਚ ਜੀ ਸਾਰੇ ਵਾਹਿਗੁਰੂ ਕਟਾ
Bye.
तेरा
ਨਾਨਕ ਸਿੰਘ ਜੀ ਮੈਂ ਤੇਰਾ ਨੇ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ Ah, 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 ah
ਧੰਨ ਗੁਰੂ ਰਾਮਦਾਸ ਜੀ 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 ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਦਰਗਾਹੀ ਦਾਤਾਂ ਦੇ ਨਾਲ ਝੋਲੀਆਂ ਭਰਵਾਉਣ ਵਾਸਤੇ ਅੰਮ੍ਰਿਤ ਵੇਲੇ ਬਾਪੂ ਜੀ ਦੀ ਗੋਦ ਵਿੱਚ ਜੁੜੇ ਹਾਂ ਆਓ ਬੜੀ ਵੱਡੀ ਦਾਤ ਬਾਪੂ ਜੀ ਦੇ ਕੋਲੋਂ ਮੰਗੀਏ ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਕਹਿੰਦਾ ਅਸੀਂ ਮੰਗਦੇ ਹਾਂ ਬਾਪੂ ਦੇ ਅਸੀਂ ਹਰ ਵੇਲੇ ਹੀ ਮੰਗਣਾ ਹਰ ਵੇਲੇ ਹੀ ਮੰਗਣਾ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1194 ਨੰਬਰ ਅੰਗ ਦੇ ਉੱਤੇ ਦਰਜ ਜਿਵੇਂ ਸਾਡੇ ਅੰਗ ਗੁਰੂ ਪਿਤਾ ਦੇ ਵੀ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ 1194 ਨੰਬਰ ਅੰਗ ਦੇ ਉੱਤੇ ਦਰਜ ਸ਼ਬਦ ਮੇਰੀ ਪੱਟੀਆ ਲਿਖਦੇ ਹੋ ਸ੍ਰੀ ਗੋਪਾਲ ਦਾਸ ਬੋਲੇ ਲਿਖਦੇ ਹੋ ਤੁਸੀਂ ਸਾਰਿਆਂ ਨੇ ਵਾਹਿਗੁਰੂ ਵਾਹਿਗੁਰੂ ਨਾਲ ਬੋਲਣਾ ਆਓ ਬਾਪੂ ਦੇ ਕੋਲੋਂ ਝੋਲੀਆਂ ਭਰਵਾਈਏ ਪਿਤਾ ਜੀ ਸਾਡੇ ਤੇ ਕਰ ਦਿਓ ਕਿਰਪਾ ਮੇਰੀ ਪੱਟੀਆ ਲਿਖਦੇ ਹੋ ਸ੍ਰੀ ਗੋਪਾਲ ਮੇਰੀ ਪੱਟੀਆ ਲਿਖਦੇ ਹੋ ਸ੍ਰੀ ਗੋਪਾਲ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ ਲਿਖਦੇ ਹੋ ਮੰਗੋ ਲਿਖਦੇ ਹੋ ਵਾਹਿਗੁਰੂ ਵਾਹਿਗੁਰੂ Thank you.
लिख दे सोने सोने लेख लिख दे
सब चले थाले गिरे की ये पहार
ਕੜੀਆਂ ਕੜੀ ਚੱਲੋ ਤੈਥੋਂ ਨਾ ਮੰਗਾਂ ਕਿਹਦੇ ਕੋਲੋਂ ਮੰਗਾਂ ਦੱਸ ਬਾਪੂ ਕਿਹਦੇ ਕੋਲੋਂ ਮੰਗਾਂ ਰਾਮਦਾਸ ਕੋਈ ਤੇਰੇ ਵਰਗਾ ਹੈ ਹੀ ਨਹੀਂ ਅੱਖ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਗੁਰੂ ਰਾਮਦਾਸ ਸਕਦੀ ਪ੍ਰਹਿਲਾਦ ਨੂੰ ਕਿੰਨੀ ਕੁ ਵਾਰੀ ਤੂੰ ਬਚਾਇਆ ਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਹਰਨਾਕਸ਼ ਨੇ ਕਿੰਨੀ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਛੱਡ ਰਾਮ ਨਾਮ ਮੇਰਾ ਨਾਮ ਜਪ ਉਹ ਕਹਿੰਦਾ ਮੈਂ ਤੇ ਉਹਦਾ ਜਪਣਾ ਜਿਹੜਾ ਕਣ ਕਣ ਵਿੱਚ ਸਮਾਇਆ ਪਹਾੜੀ ਤੋਂ ਨਹੀਂ ਸਿੱਟਿਆ ਪਾਣੀ ਦੇ ਵਿੱਚ ਨਹੀਂ ਸਿੱਟਿਆ ਕਿੰਨੇ ਜ਼ੁਲਮ ਨਹੀਂ ਕੀਤੇ ਕਿਹੜੇ ਜ਼ੁਲਮ ਨਹੀਂ ਕੀਤੇ ਹਰਨਾਕਸ਼ ਨੇ ਪਰ ਉਹ ਜ਼ੁਲਮ ਕਰੀ ਜਾਂਦਾ ਹੈ ਪਰ ਕਬੀਰ ਸਾਹਿਬ ਕਹਿੰਦੇ ਉਸ ਛੋਟੇ ਜੇ ਪ੍ਰਹਿਲਾਦ ਬਾਲਕ ਨੂੰ ਬਚਾਉਣ ਦੇ ਲਈ ਜਿੰਨੀ ਵਾਰੀ ਹਰਨਾਕਸ਼ ਜ਼ੁਲਮ ਕਰਦਾ ਓਨੀ ਵਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਹਿਲਾਦ ਨੂੰ ਬਚਾਉਣ ਵਾਸਤੇ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੇ ਕਿਹਾ ਨਾ ਕਰਮ ਥੰਬ ਦੇ ਨਾਲ ਜੱਫਾ ਪਾ ਲੈ ਅੰਤ ਸੀ ਅੰਤ ਹੁਣ ਹਰਨਾਕਸ਼ ਨਾ ਹੋਣ ਲੱਗਾ ਥੰਬ ਨਾਲ ਜੱਫਾ ਪਾ ਪ੍ਰਹਿਲਾਦ ਨੂੰ ਕਹਿੰਦਾ ਤੇ ਕਈ ਇਤਿਹਾਸਕਾਰਾਂ ਨੇ ਲਿਖਿਆ ਕਹਿੰਦੇ ਉਸ ਵੇਲੇ ਥੋੜਾ ਜਿਹਾ ਡੋਲਿਆ ਪ੍ਰਹਿਲਾਦ ਪਰ ਡੋਲਦੇ ਨਹੀਂ ਭਗਤ ਹਰ ਇੱਕ ਦੀ ਆਪਣੀ ਆਪਣੀ ਰਾਏ ਕਹਿੰਦੇ ਉਸ ਵੇਲੇ ਕੀੜੀ ਦਾ ਰੂਪ ਧਾਰਨ ਕਰ ਲਿਆ ਤੇ ਗਰਮ ਥੰਬ ਦੇ ਉੱਤੇ ਤੁਰਨ ਲੱਗ ਪਿਆ ਪਰਮੇਸ਼ਰ ਪ੍ਰਹਿਲਾਦ ਨੂੰ ਹੌਸਲਾ ਹੋ ਗਿਆ ਤੇ ਜਦੋਂ ਗਰਮ ਥੰਬ ਨੂੰ ਪਾਉਣ ਲੱਗਾ ਨਾ ਜੱਫਾ ਤੇ ਉਸ ਵੇਲੇ ਥੰਬ ਦੇ ਵਿੱਚੋਂ ਪ੍ਰਗਟ ਹੋਏ ਨਰਸਿੰਘ ਦਾ ਰੂਪ ਲੈ ਕੇ ਆਪ ਪਰਮੇਸ਼ਰ ਤੇ ਜਿਹੜੇ ਵਰ ਮੰਗੇ ਸੀ ਨਾ ਇਹਨੇ ਹਰਨਾਕਸ਼ ਨੇ ਉਹ ਵਰ ਵੀ ਪੂਰੇ ਕੀਤੇ ਨਾ ਦਿਨੇ ਵਰਾਂ ਨਾ ਰਾਤ ਸ਼ਾਮ ਦਾ ਵੇਲਾ ਨਾ ਅੰਦਰ ਨਾ ਬਾਹਰ ਦਲੀਜਾਂ 'ਚ ਪਾੜਿਆ ਨਾ ਅਸਮਾਨ ਨਾ ਜ਼ਮੀਨ ਆਪਣੇ ਪੱਟਾਂ ਤੇ ਪਾਲਿਆ ਨਾ ਬੰਦੇ ਕੋਲੋਂ ਨਾ ਜਾਨਵਰ ਕੋਲੋਂ ਮਰਾਂ ਨਰਸਿੰਘ ਨਰ ਵੀ ਹੈ ਤੇ ਸ਼ੇਰ ਵੀ ਹੈ ਕਹਿੰਦਾ ਕਿਸੇ ਹਥਿਆਰ ਨਾਲ ਵੀ ਨਾ ਮਰਾਂ ਆਪਣੇ ਨਾਖੂਨਾਂ ਦੇ ਨਾਲ ਨਹੁਆਂ ਦੇ ਨਾਲ ਇਹਦੀ ਸ਼ਕਤੀ ਨੂੰ ਪਾੜੇ ਦਾ ਵੱਧ ਕੀਤਾ ਇਹ ਸਾਰਾ ਜ਼ਿਕਰ ਭਗਤ ਕਬੀਰ ਜੀ ਨੇ ਕੀਤਾ ਜੋ ਸੁਣਿਆ ਤੁਸੀਂ ਤੇ ਅਖੀਰ ਤੇ ਤੋੜਾ ਕਿੱਥੇ ਭੰਨਦੇ ਕਹਿੰਦੇ ਗਿਣਤੀ ਮਿਣਤੀ ਨੇ ਕਹਿ ਕਬੀਰ ਕੋ ਲਖੇ ਨਾ ਪਾਰ ਪ੍ਰਹਿਲਾਦ ਉਧਾਰੇ ਅਨਕ ਬਾਰ ਇਹ ਹੌਸਲਾ ਦਿੰਦੀ ਹੈ ਗੱਲ ਉਹ ਜਿੰਨੇ ਮਰਜ਼ੀ ਤੈਨੂੰ ਡੇਗਣ ਵਾਲੇ ਆ ਜਾਣ ਜੇ ਗੁਰੂ ਵਾਲੇ ਨਾ ਦੁਨੀਆਂ ਦੀ ਕੋਈ ਤਾਕਤ ਤੈਨੂੰ ਡੇਗ ਨਹੀਂ ਸਕਦੀ ਹੈ ਬੋਲੇ ਸਤਿ ਸ੍ਰੀ ਅਕਾਲ ਦੀਪ ਸਿੰਘ ਤੇਰੇ ਵੱਲ ਨੇ ਨਾ ਉਹ ਜਿੰਨਾ ਤੈਨੂੰ ਕੋਈ ਡੇਗਣ ਦਾ ਯਤਨ ਕਰੇਗਾ ਬਾਬਾ ਕਈ ਗੁਣਾ ਵਧਾ ਕੇ ਤੇਰੀ ਵਡਿਆਈ ਨੂੰ ਹੋਰ ਪ੍ਰਗਟ ਕਰੀ ਜਾਏਗਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਟੈਨਸ਼ਨ ਨਾ ਲੈ ਬਸ ਉਹਦੇ ਨਾਲ ਆਪਣਾ ਰਿਸ਼ਤਾ ਜੋੜ ਕੇ ਰੱਖ ਉਹਦੇ ਨਾਲ ਆਪਣਾ ਨਾਤਾ ਜੋੜ ਕੇ ਰੱਖ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਅੰਮ੍ਰਿਤ ਵੇਲਿਆਂ ਨਾਲ ਨਾਤਾ ਜੋੜ ਕੇ ਰੱਖ ਬਾਣੀ ਨਾਲ ਸਿਮਰਨ ਨਾਲ ਬੰਦਗੀ ਨਾਲ ਇਹ ਨਾ ਛੱਡੋ ਤਾਂ ਹੀ ਮੈਂ ਬੇਨਤੀ ਕਰਦਾ ਰਿਹਾ 40 ਦਿਨ ਸੰਭਾਲੋ ਗੁਰੂ ਰਾਮਦਾਸ ਤੁਹਾਨੂੰ ਨਾ ਸੰਭਾਲਣਗੇ ਮੈਨੂੰ ਜੋ ਮਰਜ਼ੀ ਕਹਿ ਦੇਣਾ
गरंटी कह रहे हैं, आ एक ठोक के कह रहे हैं, मैं भरोसा है वो उत्ते। आखो धन गुरु रामदास जी, धन गुरु रामदास, मैं माण है बाबा दीप सिंह दे उत्ते, क्योंकि चंगे हैं मंदे हाँ तो वो ही ना जी। बुलाया बोली तेरा माण, मैनू तेरा है, मेरे बिचों तू बोलदा है, मैनू ये माण है। माण पंजा पंजा दसा दसा नू होर जोड़ो, होर जोड़ो, आओ जदों दसा दसा नू लेके आओ, घर घर का बुआ खड़का दियो, पिंड पिंड का बुआ खड़का दियो, भाई सांभ अमृत वेला गुरु रामदास बाबा दीप सिंह तैनू सांभ लैणगे। जिहड़े प्रोजैक्टर ला के पिंडां च जुड़े हो, घरां च जुड़े हो, एलईडियां ला के वो दसा दसा नू होर आवाज मार लो, भाई आ जा जोड़े, वो तू अमृत वेले गुरु रामदास बाबा दीप सिंह दे घर दी रौनक वधा, बाबा दीप सिंह तेरे घर दी रौनक वधाउणगे। सत श्री अकाल। मेरी बेनती जोड़ते चलो, जोड़ते चलो, मैनू बड़ी ठंड पै रही, अज सतवां दिन है, गुरु जी की कृपा दे नाल परिवार वधदा जा रहा है। वाहिगुरु जी का खालसा, वाहिगुरु जी की फतेह। धन गुरु रामदास जी, धन बाबा दीप सिंह जी। सात संगत जी, बहुत ही जरूरी सुनेहा है, इनू सुनियो भी और हर सोशल मीडिया साइट के उत्ते शेयर भी करो, जिमें कि सारे संगत रूपी परिवारक मैंबरों को पता है कि रोजाना 40 दिन का अमृत वेले का समागम बाबा दीप सिंह चैरिटेबल ट्रस्ट राम तीर्थ रोड विखे प्रारंभ होया है। पर मौसम दे विच कुछ तब्दीली होने दे करके ये संगत ध्यान नाल बेनती सुने, मौसम विच कुछ तब्दीली होण करके ये जिहड़े अमृत वेले दे समागम ने 16 जून तो 16 जुलाई तक, 16 जून तो 16 जुलाई तक जिहड़े 30 दिनां दे समागम ने, वो बीबी कौलां जी भलाई केंद्र तरन तारण रोड श्री अमृतसर साहब विखे होणगे। फिर मैं दोहरा रहा, 16 जून तो 16 जुलाई तक दे एक महीने दे जिहड़े समागम ने, वो बीबी कौलां जी भलाई केंद्र तरन तारण रोड श्री अमृतसर साहब विखे रोजाना अमृत वेले 3 to 5:30 बजे होया करनगे। सारे गुरु रामदास जी दे बाबा दीप सिंह जी दे संगत रूपी परिवारक मैंबरां दे चरणों च बेनती, हुम हुमा के ये अमृत वेले दे समागमां दे विच आके जुड़ो और गुरु रामदास जी दीआं खुशियां प्राप्त करो। मैं अगे भी जिवें तुहानू पहले बेनती कीती है, ये 40 दिन अमृत वेला संभाल लो, गुरु रामदास जी बाबा दीप सिंह जी तुहानू संभालणगे। और जिहड़े बहुत दूर दरेडे रहण वाले हो, उहनां नूं मैं बेनती करदा, 12 जुलाई तो 16 जुलाई घट तो घट 5 दिन आके तो हाजरी जरूर भरियो। जिहड़े कोई बंबई रहिंदा, कोई इंदौर रहिंदा, कोई किते बहुत दूर दूर जिहड़े रहिंदे हो, लाइव के माध्यम राहीं ते तुसीं जुड़ना ही है, पर 5 दिन आके शरीरक तौर पर भी जरूर हाजरियां भरियो, ये मेरी बेनती। टिकटां वगैरह बुक करा लो, 12 जुलाई तो 16 जुलाई तुसी भी आके सारे परिवारक मैंबरां ने हाजरियां भरनिया ने। बाकी फिर मैं रिपीट करने कि 16 जून तो 16 जुलाई तक ये एक महीने के जिहड़े अमृत वेले के समागम रोजाना 3 to 5:30 बजे तक बीबी कौलां जी भलाई केंद्र तरन तारण रोड श्री अमृतसर साहब विखे होणगे। आओ गुरु पिता दीआं खुशियां लईए, गुरु साहब दीआं रहमतां दे पात्र बनीए, और अपने अपने नगरां दे विच एक ढंडोरा दे दिओ, एक हलूणा दे दिओ कि अमृत वेला संभालो जी, ये लहर हर पासे चला दिओ। जिहड़े बहुत दूर दूर रहण वाले अपने पिंडां विच नगरां दे विच प्रोजैक्टर ला लो, अमृत वेले सारी संगत नूं इकट्ठियां करिया करो, 2-2.5 घंटे बह के कीर्तन दा सिमरन दा आनंद लिया, ये रूटीन पक्की सैट कर लो कि 40 दिन असी प्रोजैक्टर ला के अपने अपने इलाकियां विच, अपने अपने महल्लियां दे विच, अपने अपने गुरु घरां दे विच जुड़ना है। और जिथे जिथे तुसी प्रोजैक्टर लाओ, तुहाडे इलाके विच संगत जुड़े, वो सानू वीडियो क्लिप जरूर भेजियो कि साडे इलाके विच इदां संगत जुड़ रही, फिर वो वीडियो अपने इंस्टाग्राम अकाउंट ते संगत दे सामने शेयर करांगा, होर संगत नूं इहदे नाल उत्साह मिलेगा। भुल्लियो ना, 16 जून तो 16 जुलाई बीबी कौलां जी भलाई केंद्र तरन तारण रोड श्री अमृतसर साहब विखे अपन सारे परिवारक मैंबरां ने सवेरे 3 to 5:30 तक, 2:30 बजे सारे मैंबर पहुँच जाया करो, 3 to 5:30 बजे तक अपन सारिया ने अमृत वेले के समागमों में जुड़ना। ये सारा समागम साढ़े यूट्यूब चैनल भाई अमनदीप सिंह जी ऑफिशियल चैनल के उत्ते रोजाना लाइव दिखाया जाएगा।
वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। धन गुरु रामदास जी, धन बाबा दीप सिंह जी। गुरु रामदास जी दे बाबा दीप सिंह जी दे सारे संगत रूपी परिवारक मैंबरां नूं अज मैं वधाई देण वास्ते तुहाडे सन्मुख होया। जो बाबा दीप सिंह चैरिटेबल ट्रस्ट अड्डा गोपालपुरा बटाला रोड यूनिट नंबर 3 20 तरीक नूं जो उहदी रजिस्ट्री सी, गुरु पिता जी ने कृपा की है, सारी संगत ने असीस दिती। जो अद्धी पेमेंट गुरु जी की कृपा दे नाल जा चुकी, जो तुसी किणका किणका देते हो, क्योंकि बहुत वड्डी रकम बन जाती 25,000 गज है और 2500 रुपया गज की सेवा, तो अद्धी पेमेंट जिहड़ी उहदे लई असी उन्हां कोलों 3 महीने का होर टाइम लिया। ये रजिस्ट्री जिहड़ी 20 अप्रैल नूं होनी सी, अद्धी पेमेंट चली गई। हुण जिहड़ी अद्धी पेमेंट है वह 20 जुलाई तक असी उन्हां नूं देनी है, और फिर उस तो बाद इस जगह की रजिस्ट्री होएगी। जड़े जड़े प्रेमिया ने बहुत सहयोग दिता तुहानू भी, और जिन्होंने अजे तक सहयोग इस भूमि दान विच हिस्सा नहीं पाया तुहानू भी मैं बेनती करदा, आप जी वध तो वध जोर लायो ता जो ये रजिस्ट्री 20 जुलाई तक हो सके। और तुहानू दसदिया होया मैनू खुशी महसूस हो रही है कि जो जी दे प्रवान पार्क जो महाराज जी की कृपा नाल बन रहा, बिल्कुल हुण थोड़ा जिहा कम रह गया, बिल्कुल नेड़े हैं उहदे मुहूर्त दे समय दे, और नाल ही जो संगत दी रहायश वास्ते सराह बन रही है उहदा कार्ज भी पूरी तेजी नाल चल रहा। और बटाला रोड जिहड़ा यूनिट नंबर 3 है जिहदी रजिस्ट्री हुण 20 जुलाई नूं होएगी, उत्थे भी बड़ी तेजी दे नाल सारे सेवावां दे कार्य शुरू हो चुके ने। हर पक्ष तों मैं आप जी की असीस ते बख्शीश की आस रखदा। मेरी बेनती है भुल्यो ना, 20 जुलाई नूं जो अद्धी पेमेंट रह गई है बटाला रोड वाली जगह की, उहदी रजिस्ट्री होएगी। अद्धी पेमेंट असी 20 जुलाई तक देनी है। पूरा आप जी परिवारक मैंबर मोढ़े नाल मोढ़ा जोड़ के साथ भी दिओ, एक दूजे नूं प्रेरणा भी करो, और इस भूमि दान दे विच वड्डे दान दे विच, क्योंकि यह वड्डा दान हुंदा भूमि दान, इस भूमि दान वड्डे दान दे विच अपना वध तों वध सहयोग भी दिओ। अपनी सेवा तुसी सानू गूगल पे पेटीएम फोन पे भी कर सकते हो 98150-99513 नंबर ते 9815089513 इस नंबर ते आप जी अपनी सेवा सानू तुसी फोन पे गूगल पे और पेटीएम भी कर सकते हो। फिर मैं बेनती करना भुल्यो ना, 20 जुलाई तक पूरा जोर ला दिओ, जिन्ना जोर ला सकते हो, ता जो 113 यूनिट मैं कहना ये डबल ट्रिपल कम हो जाए, और होएगा उदों ही जदों तुसी मोढ़े नाल मोढ़ा जोड़ के साथ दोगे। वाहिगुरु जी का खालसा वाहिगुरु जी की फतेह।